ਭਿੱਖੀਵਿੰਡ ਪਿੰਡ ਦੇ ਘਰ 'ਚ ਹੋਈ ਚੋਰੀ। ਨਕਦੀ ਤੇ ਸੋਨਾ ਲੈ ਕੇ ਚੋਰ ਹੋਏ ਫਰਾਰ। ਪੀੜਿਤ ਪਰਿਵਾਰ ਨੇ ਚੋਰੀ ਸੰਬੰਧੀ ਪੁਲਿਸ ਵੱਲੋਂ ਦਰਖਾਸਤ ਦਰਜ ਨਾ ਕਰਨ ਦੇ ਲਾਏ ਦੋਸ਼। ਬੀਤੇ ਲੋਹੜੀ ਵਾਲੇ ਦਿਨ ਤੋਂ ਇੱਕ ਰਾਤ ਪਹਿਲਾਂ ਭਿੱਖੀਵਿੰਡ ਪਿੰਡ ਦੇ ਇੱਕ ਘਰ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਸੰਬੰਧੀ ਭਿੱਖੀਵਿੰਡ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪਰੰਤੂ ਬੀਤੀ ਰਾਤ ਉਸੇ ਘਰ ਅੰਦਰ ਚੋਰਾਂ ਵੱਲੋਂ ਸੋਨੇ ਦੇ ਗਹਿਣੇ, ਨਕਦੀ ਅਤੇ ਬੈਟਰਾ ਚੋਰੀ ਕਰਕੇ ਘਰ ਦੇ ਸਮਾਨ ਦੀ ਬੁਰੀ ਤਰ੍ਹਾਂ ਭੰਨ ਤੋੜ ਕਰਕੇ ਫਰਾਰ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਿਤ ਮਨਮੀਤ ਕੌਰ ਪਤਨੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਉਸਦਾ ਘਰ ਵਾਲਾ ਰੋਜ਼ੀ ਰੋਟੀ ਖਾਤਰ ਵਿਦੇਸ਼ ਗਿਆ ਹੋਇਆ ਹੈ। ਮਨਮੀਤ ਕੌਰ ਨੇ ਦੱਸਿਆ ਕਿ ਬੀਤੀ ਦਿਨੀ ਉਹਨਾਂ ਦੇ ਘਰ ਵਿੱਚ ਇੱਕ ਕਤਲ ਦੀ ਘਟਨਾ ਵਾਪਰ ਗਈ ਸੀ। ਇਕੱਲੀ ਹੋਣ ਕਰਕੇ ਉਹ ਬੀਤੀ ਰਾਤ ਆਪਣੇ ਰਿਸ਼ਤੇਦਾਰਾਂ ਘਰ ਰੁਕੀ ਹੋਈ ਸੀ, ਜਿਸ ਦਾ ਫਾਇਦਾ ਉਠਾਉਂਦਿਆਂ ਕੁਝ ਚੋਰ ਉਸਦੇ ਘਰ ਦੀ ਬੁਰੀ ਤਰ੍ਹਾਂ ਭੰਨ ਤੋੜ ਕਰਕੇ ਅਲਮਾਰੀ ਵਿੱਚ ਪਏ ਕਰੀਬ 2.5 ਤੋਲੇ ਦੇ ਸੋਨੇ ਦੇ ਗਹਿਣੇ, 5000 ਨਕਦੀ ਅਤੇ ਘਰ ਅੰਦਰ ਲੱਗਾ ਇੱਕ ਬੈਟਰਾ ਲਾ ਕੇ ਫਰਾਰ ਹੋ ਗਏ। ਮਨਮੀਤ ਕੌਰ ਨੇ ਕਿਹਾ ਕਿ ਉਹ ਘਰ ਵਿੱਚ ਹੋਈ ਚੋਰੀ ਸੰਬੰਧੀ ਦਰਖਾਸਤ ਦੇਣ ਥਾਣਾ ਭਿੱਖੀਵਿੰਡ ਵਿਖੇ ਪਿੰਡ ਦੇ ਕੁਝ ਮੋਹਤਬਾਰਾਂ ਨਾਲ ਗਈ ਸੀ, ਪਰੰਤੂ ਭਿੱਖੀਵਿੰਡ ਪੁਲਿਸ ਨੇ ਉਹਨਾਂ ਦੀ ਦਰਖਾਸਤ ਦਰਜ ਹੀ ਨਹੀਂ ਕੀਤੀ। ਮਨਮੀਤ ਕੌਰ ਨੇ ਭਿੱਖੀਵਿੰਡ ਪੁਲਿਸ 'ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਇਨਸਾਫ਼ ਦਿਵਾਉਣ ਵਾਲੀ ਪੁਲਿਸ ਹੀ ਲੋਕਾਂ ਨਾਲ ਅਜਿਹਾ ਵਤੀਰਾ ਕਰੇਗੀ ਤਾਂ ਉਹ ਫਿਰ ਕਿਸ ਕੋਲੋਂ ਇਨਸਾਫ਼ ਦੀ ਉਮੀਦ ਕਰਨਗੇ। ਮਨਮੀਤ ਕੌਰ ਨੇ ਚੋਣ ਕਮਿਸ਼ਨ ਪੰਜਾਬ ਅਤੇ SSP ਤਰਨ ਤਾਰਨ ਪਾਸੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਘਰ ਅੰਦਰ ਹੋਈ ਚੋਰੀ ਸੰਬੰਧੀ ਦਰਖਾਸਤ ਦਰਜ ਕਰਕੇ ਉਹਨਾਂ ਨੂੰ ਇਨਸਾਫ਼ ਦਿਵਾਇਆ ਜਾਏ। ਹਾਂਜੀ ਭਾਅ ਜੀ, ਸਾਡੇ ਕੱਲ੍ਹ ਰਾਤ ਘਰ ਵਿੱਚ ਚੋਰੀ ਹੋਈ ਆ ਅਤੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਆ, ਵੀ ਸਾਡੇ ਇੱਥੋਂ ਤੱਕ ਪੈਸੇ ਵੀ ਗੁਆਚੇ ਆ ਅਤੇ 2.5-3 ਲੱਖ ਦਾ ਸੋਨਾ ਸੀ ਜਿਹੜਾ ਮੇਰਾ ਆਪਦਾ, ਉਹ ਘਰੋਂ ਕੱਢ ਕੇ ਲੈ ਗਏ ਆ। ਟਾਈਮ ਭਾਅ ਜੀ ਵੀ ਮੈਂ ਘਰ ਇਕੱਲੀ ਕਰਕੇ ਸੁੱਤੀ ਨਹੀਂ ਸੀ, ਟਾਈਮ ਦਾ ਕੋਈ ਪਤਾ ਨਹੀਂ ਸਾਨੂੰ। ਮੈਂ ਜਦੋਂ ਸਵੇਰੇ ਉੱਠ ਕੇ ਘਰ ਆ ਕੇ ਵੇਖਿਆ ਤਾਂ ਗੇਟ ਬਾਹਰਲੇ ਗੇਟ ਨੂੰ ਜਿੰਦਰਾ ਵੱਜਿਆ ਅੰਦਰੋਂ ਹੀ, ਅਤੇ ਜਿਹੜੇ ਵਿਚਲੇ ਬੂਹੇ ਸਾਰੇ ਖੁੱਲ੍ਹੇ ਪਏ, ਜਿੰਦਰੇ ਟੁੱਟੇ ਪਏ ਆ। ਹਾਂਜੀ, ਮੈਂ ਪੁਲਿਸ ਨੂੰ ਦਰਖਾਸਤ ਦੇਣ ਗਈ ਹਾਂ ਅਤੇ ਪੁਲਿਸ ਨੇ ਮੇਰੀ ਦਰਖਾਸਤ ਲੈਣ ਤੋਂ ਇਨਕਾਰ ਕਰ ਦਿੱਤਾ ਆ, ਇਹ ਪਤਾ ਨਹੀਂ ਕਿਉਂ, ਅਤੇ ਉਹਨਾਂ ਨੇ ਸਾਡੀ ਦਰਖਾਸਤ ਨਹੀਂ ਲਈ ਹੈਗੀ। ਪੁਲਿਸ ਵਾਲਿਆਂ ਨੂੰ ਇਹੀ ਆਖਾਂਗੇ ਇੱਕ ਵਾਰੀ ਆਣ ਕੇ ਵਹਿੰਦੇ ਤਾਂ ਅਸੀਂ ਵੀ, ਸਾਡੇ ਘਰ ਇੰਨਾ ਨੁਕਸਾਨ ਹੋਇਆ, ਪਤਾ ਨਹੀਂ ਕਿਹੜੀ ਰੰਜਿਸ਼ ਕਾਰਨ ਕਿਹੜੀ ਗੱਲ ਕਾਰਨ ਉਹਨਾਂ ਸਾਡੇ ਵੀ ਨਹੀਂ ਆਣ ਕੇ ਵੇਖਿਆ ਹੈਗਾ ਘਰ, ਪਤਾ ਨਹੀਂ ਕਿਹੜੀ ਗੱਲ ਤੋਂ ਉਹਨਾਂ ਸਾਡੇ 'ਤੇ ਇੰਨੀ ਰੰਜਿਸ਼ ਰੱਖੀ ਵੀ ਅਸੀਂ ਵੇਖਣਾ ਹੀ ਨਹੀਂ, ਆਉਂਦੇ ਦਰਖਾਸਤ ਫੜੀ ਵੀ ਨਹੀਂ ਸਾਡੇ ਹੱਥੋਂ, ਅਤੇ ਮੇਰੇ ਨਾਲ ਸਾਡੇ ਪਿੰਡ ਦੇ ਬੰਦੇ ਗਏ ਸੀ, ਮੌਜੂਦਾ ਸਰਪੰਚ ਗਿਆ ਸੀ, ਉਹਨਾਂ ਕਿਸੇ ਦੀ ਗੱਲ ਨਹੀਂ ਸੁਣੀ। ਅਸੀਂ ਇਸ ਵੇਲੇ ਇਹ ਹੀ ਮੰਗ ਕਰਦੇ ਵੀ ਸਾਡੇ ਨਾਲ ਇਨਸਾਫ਼ ਦੀ ਮੰਗ ਹੋਵੇ, ਸਾਡਾ 2.5-3 ਲੱਖ ਦਾ ਨੁਕਸਾਨ ਹੋ ਗਿਆ, ਮੇਰਾ ਘਰ ਵਾਲਾ ਬਾਹਰ ਆ, ਮੇਰੇ ਨਿੱਕੇ ਨਿੱਕੇ ਬੱਚੇ ਆ, ਅਤੇ ਮੈਂ ਡਰਦੀ ਘਰ ਨਹੀਂ ਸੀ ਸੌਣ ਦੀ, ਅਤੇ ਸਾਡੇ ਨਾਲ ਆਹ ਕੰਮ ਬਣ ਗਿਆ ਆ ਚੋਰੀ ਦਾ। ਜਸਵੰਤ ਸਿੰਘ, ਕੀ ਗੱਲਬਾਤ ਹੋਈ ਹੈ? ਗੱਲਬਾਤ ਮੈਨੂੰ ਸਵੇਰੇ ਫੋਨ ਗਿਆ ਸੀ ਵੀ ਘਰ ਚੋਰੀ ਹੋ ਗਈ ਆ, ਘਰ ਨਾ ਉਹ ਰਹਿੰਦੀ ਸੀ, ਉਹ ਇੱਧਰ ਦੂਜੇ ਘਰ ਸੁੱਤੀ ਸੀ ਅਤੇ ਚੋਰੀ ਹੋ ਗਈ ਸਾਡੀ, ਅਤੇ ਪੁਲਿਸ ਦੇ ਦਰਖਾਸਤ ਦੇਣ ਗਈ ਆ ਅਤੇ ਪੁਲਿਸ ਨੇ ਸਾਡੀ ਕੋਈ ਸੁਣਾਈ ਨਹੀਂ, ਦਰਖਾਸਤ ਨਹੀਂ ਲਈ। ਕੀ ਕਾਰਨ ਗੇਟ ਦੇ ਵੀ ਜਿਹੜਾ ਪੁਲਿਸ ਨੇ ਦਰਖਾਸਤ ਨਹੀਂ, ਪੁਲਿਸ ਨੇ ਪਤਾ ਨਹੀਂ ਕੀ ਖਲੋ ਕੱਢਿਆ ਸਾਡੇ ਨਾਲ ਵੀ ਕਿਹੜੀ ਗੱਲੋਂ ਨਹੀਂ ਲਈ। ਅੰਕਲ ਜੀ, ਬੀਤੇ ਦਿਨ ਤੁਹਾਡੇ ਘਰ ਲੋਹੜੀ ਤੋਂ ਮੇਬੀ, ਮਤਲਬ ਕਿ ਲੋਹੜੀ ਤੋਂ ਇੱਕ ਦਿਨ ਪਹਿਲਾਂ ਰਾਤ ਜਿਹੜਾ ਕਤਲ ਹੁੰਦਾ ਹੈ, ਉਹ ਕੀ ਮਾਮਲਾ ਸੀਗਾ ਕਤਲ ਦਾ? ਉਹ ਮੈਂ ਉੱਧਰ ਵੀ ਮੈਂ ਇੱਥੇ ਨਹੀਂ ਹਾਂ, ਜਦੋਂ ਕਤਲ ਹੋਇਆ ਮੈਨੂੰ ਸਵੇਰੇ ਆਣ ਕੇ ਪਤਾ ਲੱਗਾ ਵਾ, ਕਤਲ ਹੋਇਆ ਬੁੱਧਵਾਰ ਦੀ ਰਾਤ, ਅਤੇ ਸਵੇਰੇ ਜਦੋਂ ਮੈਂ ਆਇਆ 9:30 ਵਜੇ ਉਦੋਂ ਮੈਨੂੰ ਪਤਾ ਲੱਗਾ ਵਾ, ਉਹ ਵੀ ਡਿਊਟੀ ਤੋਂ ਮੈਂ ਆਪਦੇ ਘਰ ਲੋਹੜੀ 'ਤੇ ਆਉਂਦਿਆਂ, ਮੈਨੂੰ ਸਵੇਰੇ ਪਤਾ ਲੱਗਾ। ਗੁਆਂਢੀਆਂ ਨਾਲ ਕੋਈ ਰੰਜਿਸ਼ ਸੀਗੀ ਜਾਂ ਮਤਲਬ ਕਿ ਗੁਆਂਢੀਆਂ ਨੇ ਗੋਲੀ ਵਗੈਰਾ ਚਲਾਈ ਉਹਦੇ ਵਿੱਚ? ਚਲਾਈ ਗੁਆਂਢੀਆਂ ਨੇ ਆ, ਇਸ ਤਰ੍ਹਾਂ ਵੀ ਮੈਂ ਇੱਥੇ ਨਹੀਂ ਹਾਂ, ਮੈਂ ਆਪ ਖੁਦ ਨਹੀਂ ਕਹਿ ਸਕਦਾ ਮੈਂ ਇੱਥੇ ਹਾਂ, ਚੱਲੀ ਗੁਆਂਢੋ ਗੋਲੀ 'ਤੇ ਆਣ ਕੇ ਲੱਗੀ ਆ ਮੁੰਡੇ 'ਤੇ, ਅਤੇ ਉਹਦੇ ਸੰਬੰਧ ਵਿੱਚ ਪੁਲਿਸ ਨੇ ਇੱਕ ਬੰਦਾ ਵੀ ਅਰੈਸਟ ਕੀਤਾ? ਹਾਂ, ਬੰਦਾ ਅਰੈਸਟ ਕੀਤਾ। ਉਹ ਜਾਇਜ਼ ਆ ਕਿ ਨਜਾਇਜ਼ ਕੀਤਾ ਗਿਆ? ਉਹ ਤਾਂ ਨਜਾਇਜ਼ ਕੀਤਾ ਗਿਆ। ਉਤਰਾ
ਤੇ ਹੁਣ ਕੀ ਕਾਰਨ ਗਿਣਦੇ ਜੋ ਵੀ ਪੁਲਿਸ ਨੇ ਤੁਹਾਡੇ ਘਰੇ ਚੋਰੀ ਹੋਈ ਆ ਮਤਲਬ ਕਿ 3 ਤੋਂ 3.5 ਲੱਖ ਰੁਪਏ ਦਾ ਤੁਹਾਡਾ ਨੁਕਸਾਨ ਹੋਇਆ ਕਾਰਨ ਕੀ ਗਿਣਦੇ ਜੋ ਵੀ ਪੁਲਿਸ ਨੇ ਦਰਖਾਸਤ ਜਿਹੜੀ ਨਹੀਂ ਲਈ ਉਹ ਤੇ ਪੁੱਛਣਾ ਚਾਹੁੰਦੇ ਆ ਵੀ ਪੁਲਿਸ ਨੂੰ ਸਾਡੀ ਦਰਖਾਸਤ ਕਿਉਂ ਨਹੀਂ ਲਈ ਜਦੋਂ ਨੌ ਰਾਣੀ ਲਿਖਾਉਣ ਗਈ ਸੀ ਤੇ ਕਿਉਂ ਉਹਨਾਂ ਦਰਖਾਸਤ ਨਹੀਂ ਲਈ ਸਾਡੇ ਘਰ ਇੰਨਾ ਨੁਕਸਾਨ ਹੋਇਆ ਸਾਡੇ ਘਰ ਗੇੜਾ ਮਾਰਨ ਵੀ ਨਹੀਂ ਆਏ ਵੀ ਆਣ ਕੇ ਵੇਖ ਹੀ ਲਈਏ ਉਹ ਸਾਨੂੰ ਉਲਟਾਂ ਦੇ ਵੀ ਤੁਸੀਂ ਜਾਣ ਕੇ ਹੀ ਇੱਕ ਨੁਕਸਾਨ ਕੀਤਾ ਚੋਣ ਜਾਬਤਾ ਲੱਗਾ ਹੋਇਆ ਚੋਣ ਕਮਿਸ਼ਨ ਪਾਸੋਂ ਕੀ ਮੰਗੇ ਕਰੋਗੇ ਚੋਣ ਬਾਅਦ ਸਾਡਾ ਇਨਸਾਫ ਹੋਣਾ ਨਿਰਮਲ ਸਿੰਘ ਮਨਵੀਤ ਕੌਰ ਤੇ ਦੂਜਾ ਗੁਰਪ੍ਰੀਤ ਜਿਹੜਾ ਮੁੰਡਾ ਉਹ ਸਾਡੀ ਲੋ ਜੋ ਮਰਜ਼ੀ ਕਰਦਾ ਰਹੇ ਉਹਦਾ ਕੋਈ ਸਾਡੀ ਜ਼ਿੰਮੇਵਾਰੀ ਨਹੀਂ ਉਹ ਸਾਡੇ ਵੱਲੋਂ ਘਰੋਂ ਜਿਹਦੇ ਨਾਲ ਮਰੇ ਲੜੇ ਉਹਦੀ ਪੁਲਿਸ ਆਪੇ ਫੜੇ ਨਾ ਫੜੇ ਸਾਡੇ ਘਰ ਦੇ ਜੀ ਨੂੰ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੀਦਾ। ਉੱਥੇ ਹੀ ਜਦ ਇਸ ਮਾਮਲੇ ਸੰਬੰਧੀ SHO ਭਿੱਖੀਵਿੰਡ ਸਰਬਜੀਤ ਸਿੰਘ ਪਾਸੋਂ ਪੁੱਛਿਆ ਗਿਆ ਕਿ ਭਿੱਖੀਵਿੰਡ ਪਿੰਡ ਦੇ ਘਰ ਅੰਦਰ ਹੋਈ ਚੋਰੀ ਸੰਬੰਧੀ ਉਹਨਾਂ ਵੱਲੋਂ ਦਰਖਾਸਤ ਦਰਜ ਕਿਉਂ ਨਹੀਂ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਕੋਲ ਕੋਈ ਵੀ ਦਰਖਾਸਤ ਲੈ ਕੇ ਨਹੀਂ ਪਹੁੰਚਿਆ। ਉਹਨਾਂ ਕਿਹਾ ਕਿ ਜਦੋਂ ਵੀ ਉਹਨਾਂ ਕੋਲ ਚੋਰੀ ਸੰਬੰਧੀ ਦਰਖਾਸਤ ਆਵੇਗੀ ਤਾਂ ਉਹ ਬਣਦੀ ਕਾਰਵਾਈ ਜ਼ਰੂਰ ਕਰਨਗੇ। ਹਾਂਜੀ ਸਰ, ਇੱਕ ਨਾ ਰਾਤੀ ਭਿੱਖੀਵਿੰਡ ਪਿੰਡ 'ਚ ਚੋਰੀ ਹੋਈ ਆ, ਜਿਹੜਾ ਗੋਪੀ ਨਾਮਕ ਸੀਗਾ ਡਾਕਟਰ ਜਿਹੜਾ ਬੀਤੇ ਦਿਨੀ ਜਿਹਨਾਂ ਦੇ ਘਰੇ ਕਤਲ ਹੋਇਆ ਸੀ, ਕੀ ਮਸਲਾ ਸਾਰਾ? ਉਹ ਦਰਖਾਸਤ ਦੇਣ ਆਏ ਸੀਗੇ, ਉਹਨਾਂ ਦਾ ਇਲਜ਼ਾਮ ਹੈ ਵੀ ਪੁਲਿਸ ਨੇ ਸਾਡੀ ਦਰਖਾਸਤ ਨਹੀਂ ਲਈ। ਦੇਖੋ, ਸਾਡੇ ਨੂੰ ਕੋਈ ਦਰਖਾਸਤ ਦੇਣ ਨਹੀਂ ਆਇਆ। ਕੱਲ੍ਹ ਬੰਦਾ ਆਇਆ ਕਿਸ਼ੋਰ ਸਿੰਘ ਤੋਂ, ਕਹਿੰਦੇ ਵੀ ਸਾਡੇ ਘਰ ਚੋਰੀ ਹੋ ਗਈ, ਉਹ ਜੇ ਗੋਪੀ ਦੇ ਖਿਲਾਫ ਆ, ਉਹਨਾਂ ਦੇ ਘਰ ਕਹਿੰਦੇ ਵੀ ਚੋਰੀ ਹੋ ਗਈ ਆ ਅਤੇ ਉਹਨਾਂ ਨੂੰ ਵੀ ਅਸੀਂ ਕਹਿੰਦੇ ਦਰਖਾਸਤ ਦੇ ਦਿਓ, ਉਹ ਵੀ ਦਰਖਾਸਤ ਦੇਣ ਨਹੀਂ ਆਏ ਅਤੇ ਇਹ ਰਾਤ ਨੂੰ ਕਹਿੰਦੇ ਵੀ ਇਹਦਾ ਸਰਪੰਚ ਆਇਆ, ਕਹਿੰਦੇ ਵੀ ਚੋਰੀ ਹੋ ਗਈ, ਦਰਖਾਸਤ ਕੋਈ ਨਹੀਂ ਦੇਣ ਆਇਆ ਜੀ, ਸਾਡੇ ਕੋਲ ਕਿਸੇ ਦੀ ਦਰਖਾਸਤ ਨਹੀਂ ਆਈ ਦੋਵਾਂ ਪਾਰਟੀਆਂ ਨੇ। ਦੋਨੇ ਪਾਰਟੀਆਂ ਇੱਕ ਦੂਜੇ ਦੇ ਐਲੀਗੇਸ਼ਨ ਆਉਂਦੀਆਂ, ਉਹ ਕਹਿੰਦੇ ਸਾਡੇ ਗੋਪੀ ਲੈ ਗਿਆ, ਦੂਜਾ ਕਹਿੰਦੇ ਸਾਡੇ ਉਹ ਲੈ ਗਏ। ਇਹ ਜਿਹੜੀ ਚੋਰੀ ਹੋਈ ਆ ਗੋਪੀ ਦੀ ਭਰਜਾਈ ਦੇ ਘਰੀ ਹੈ, ਮਨਮੀਤ ਕੌਰ ਨਿਰਮਲਜੀਤ ਸਿੰਘ, ਸਾਨੂੰ ਨਹੀਂ ਪਤਾ ਉਹਦੀ ਭਰਜਾਈ ਕਿੱਥੇ ਰਹਿੰਦੀ ਆ ਅਤੇ ਨਾ ਸਾਡੇ ਕੋਲ ਆਈ ਹੋਈ। ਜੇਕਰ ਸਰ ਦਰਖਾਸਤ ਆਉਂਦੀ ਜਾਂਚ ਕਰੋਗੇ? ਜਾਂਚ ਕਰਾਂਗੇ ਅਸੀਂ, ਸਾਨੂੰ ਵੀ ਅਸੀਂ ਜਾਂਚ ਜ਼ਰੂਰ ਕਰਾਂਗੇ। ਠੀਕ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।